ਪਟਿਆਲਾ ਪੰਜਾਬੀ ਯੂਨੀਵਰਸਿਟੀ ਵਿੱਚ ਮਚਿਆ ਹੜਕੰਪ। ਰੂਹ ਕੰਬਾਉਣ ਵਾਲੀ ਘਟਨਾ ਆਈ ਸਾਹਮਣੇ ਜਿੱਥੇ ਕਿ ਇੱਕ 19 ਸਾਲਾ ਨੌਜਵਾਨ ਵਿਦਿਆਰਥੀ ਨੇ ਫਾਹਾ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀ ਯੂਨੀਵਰਸਿਟੀ ਦੇ ਬੰਦਾ ਸਿੰਘ ਬਹਾਦਰ ਹੋਸਟਲ ਵਿੱਚ ਰਹਿ ਰਿਹਾ ਸੀ, ਜਿੱਥੇ ਕਿ ਉਸਨੇ ਪੱਖੇ ਨਾਲ ਲਟਕ ਕੇ ਫਾਹ ਲੈ ਲਿਆ। ਜਿਵੇਂ ਹੀ ਵਿਦਿਆਰਥੀਆਂ ਨੂੰ ਪਤਾ ਲੱਗਾ ਇਸ ਘਟਨਾ ਬਾਰੇ ਤਾਂ ਉਹ ਵੀ ਇੱਕਦਮ ਦੰਗ ਰਹਿ ਗਏ ਕਿ ਇਹ ਘਟਨਾ ਕਿਵੇਂ ਵਾਪਰੀ। ਮ੍ਰਿਤਕ ਦੀ ਪਛਾਣ ਸ਼ੁਭਮ ਵਜੋਂ ਹੋਈ। ਪੁਲਿਸ ਵੱਲੋਂ ਮੌਕੇ ਤੇ ਡੈੱਡ ਬੋਡੀ ਨੂੰ ਕਬਜ਼ੇ ਵਿੱਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਇਹ ਲੜਕਾ ਹੈਗਾ ਸ਼ੁਭਮ ਨਾਂ ਦਾ ਲੜਕਾ ਹੈ, 19 ਸਾਲ ਦੀ ਏਜ ਹੈ, ਬੈਕਗ੍ਰਾਉਂਡ ਹੈਗਾ ਹਮੀਰਪੁਰ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਔਰ ਸਾਨੂੰ ਯੂਨੀਵਰਸਿਟੀ ਵਾਲਿਆਂ ਨੇ ਇਤਲਾਹ ਦਿੱਤੀ ਸੀ ਕਿ ਇਹਨੇ ਆਪਣੇ ਰੂਮ ਦੇ ਵਿੱਚ ਅੱਜ ਸੁਸਾਈਡ ਕਰ ਲਿਆ, ਔਰ ਇੱਥੇ ਆ ਕੇ ਅਸੀਂ ਹੁਣ ਜਿਹੜੀ ਹੈਗੀ ਪੜਤਾਲ ਕੀਤੀ ਹੈ, ਔਰ ਇਹਦੇ ਘਰਦਿਆਂ ਨੂੰ ਇਤਲਾਹ ਦਿੱਤੀ ਹੈ। ਇਹਦੇ ਘਰਦੇ ਆ ਰਹੇ ਨੇ, ਘਰਦਿਆਂ ਦੇ ਆਉਣ ਤੋਂ ਬਾਅਦ ਜਿਹੜੀ ਹੈਗੀ ਆ ਬਾਕੀ ਜਿਹੜੀ ਅਗਲੀ ਕਾਰਵਾਈ ਹੈ ਉਹ ਅਮਲ 'ਚ ਲਿਆਂਦੀ ਜਾਏਗੀ। ਕੁਛ ਵੀ ਨਹੀਂ ਜੀ, ਕੋਈ ਸੁਸਾਈਡ ਨੋਟ ਨਹੀਂ ਮਿਲਿਆ ਫਿਲਹਾਲ, ਕੋਈ ਕਾਰਨ ਦਾ ਪਤਾ ਨਹੀਂ ਲੱਗਿਆ ਹੈਗਾ, ਸਿਰਫ ਉਹਨੇ ਜਿਹੜਾ ਹੈਗਾ ਪੱਖੇ ਨਾਲ ਲਟਕ ਕੇ ਜਿਹੜਾ ਹੈਗਾ ਸੁਸਾਈਡ ਕਰ ਲਿਆ। ਕਿਹੜੀ ਕਲਾਸ ਵਿੱਚ ਪੜ੍ਹਦਾ ਸੀਗਾ? ਇਹ ਬੀ ਫਾਰਮੈਸੀ ਕਰ ਰਿਹਾ ਸੀ, ਫਸਟ ਸਮੈਸਟਰ ਹੈ ਜੀ, ਫਸਟ ਈਅਰ ਹੈ। ਨਹੀਂ, ਦੋ ਜਣੇ ਰਹਿੰਦੇ ਨੇ ਜੀ, ਇੱਕ ਨਾਲ ਦਾ ਮੁੰਡਾ, ਉਹ ਛੁੱਟੀਆਂ ਹੋਣ ਕਰਕੇ ਚਲ ਗਿਆ ਸੀਗਾ, ਔਰ ਕੱਲ ਦਾ ਇਹ ਇੱਥੇ ਇਕੱਲਾ ਹੀ ਸੀਗਾ। ਕੀ ਲੱਗਦਾ ਕਿੰਨੇ ਕੁ ਵਜੇ ਦੀ ਇਹਦੀ ਘਟਨਾ ਹੋਈ? ਜਿੱਦਾਂ ਬਾਡੀ ਦੀ ਕੰਡੀਸ਼ਨ ਦੇਖ ਕੇ ਤਾਂ ਲੱਗਦਾ ਹੈ ਕਿ ਇਹ ਕੱਲ ਰਾਤ ਦੀ ਜਾਂ ਸਵੇਰ ਦੀ ਘਟਨਾ ਹੋ ਸਕਦੀ ਹੈ। ਨਹੀਂ, ਪੇਰੈਂਟਸ ਦਾ ਇੰਤਜ਼ਾਰ ਕਰਾਂਗੇ ਜੀ, ਉਹਨਾਂ ਨੂੰ ਆ ਜਾਂਦੇ ਉਹਨਾਂ ਦੀ ਹਾਜ਼ਰੀ ਦੇ ਵਿੱਚ, ਫਿਰ ਬਾਡੀ ਜਿਹੜੀ ਹੈਗੀ ਆ ਲਾ ਕੇ ਅਤੇ ਅੱਗੇ ਮੋਰਚਰੀ ਭੇਜ ਕੇ ਪੋਸਟਮਾਰਟਮ ਕਰਾ ਕੇ ਅਗਲੀ ਕਾਰਵਾਈ ਮਸਲੇ ਲਿਆਵਾਂਗੇ। ਤੁਹਾਨੂੰ ਕਿੰਨੇ ਕੁ ਵਜੇ ਜਾਣਕਾਰੀ ਮਿਲੀ? ਸਾਨੂੰ 2:30 ਵਜੇ ਜਾਣਕਾਰੀ ਮਿਲ ਗਈ, ਨਾਲ ਦਿਨ ਅਸੀਂ ਇੱਥੇ ਪਹੁੰਚ ਗਏ ਸੀ। ਕੁਛ ਸੁਸਾਈਡ ਨੋਟ ਵਗੈਰਾ? ਕੁਛ ਵੀ ਨਹੀਂ ਜੀ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਫੋਰੈਂਸਿਕ ਟੀਮ ਮੌਕੇ 'ਤੇ ਬੁਲਾ ਲਈ ਸੀਗੀ, ਉਹਨਾਂ ਨੇ ਵੀ ਆਪਣੀ ਜਿਹੜੀ ਹੈਗੀ ਪੜਤਾਲ ਕਰ ਲਈ ਹੈ, ਉਹਨਾਂ ਨੂੰ ਵੀ ਕੋਈ ਇਹੋ ਜਿਹੀ ਕੋਈ ਸ਼ੱਕੀ ਚੀਜ਼ ਜਾਂ ਕੋਈ ਸੁਸਾਈਡ ਨੋਟ ਵਗੈਰਾ ਨਹੀਂ ਮਿਲਿਆ ਹੈ।